विधानसभा हलका धूरी दे विच आम आदमी पार्टी दे प्रधान ते सुरूर हलके तो लोक सभा मैंबर भगवंत सिंह मान दे धूरी तो उम्मीदवार एलानण तो बाद इतों के कहो जे समीकरण असी आम लोगों तो जान दें भी जिहड़े इतों के मौजूदा एम एल ए ने उन्होंने हल्के किन्ने काम धंधे करवाए ने असी लोगों की राय जानते हैं भी जिहड़ा इतों का जिहड़ा माहौल है वो हुण किहो जिहा बन चुका है। असी अजू मिलते हैं जी, करते हैं उन्होंने गलबात। ये जिहड़ा हैगा धूरी का मेन जगह हैगी जिथे आम तौर पर हर एक पिंड तो हर एक जगह तो जिहड़े लोग ने आते जाते रहते हैं। असी अलग अलग पिंडां दे जिहड़े लोग ने उन्हां नाल भी गलबात करांगे भी जिहड़ा धूरी का माहौल है वह हुण किहो जिहा। भाई सत श्री अकाल जी सारयां नूं। पहला तो असी माफ़ी चाहते भी थोड़ा असी ताश खेडदे आ टाइम खराब करन लगे। भाई जी की नाम है जी? रजेश जी। रजेश कुमार जी तुसीं की कहना चाहते हो साडा अज दा जिहड़ा मेन हैगा वो इस तरह का भी जिहड़ा धूरी हल्के दे उत्ते सीएम दा चेहरा ऐलान के आम आदमी पार्टी दे प्रधान भगवंत सिंह मान नूं ऐलानिया गया इतों का उम्मीदवार तो सूँ किमें लगता गया भी जी उन्होंने इतों का जिहड़ा लोग ने किन्ना कु प्यार सत्कार देणगे जां नहीं? बहुत देणगे जी। लोगों का एक रुझान बनया होगा भी जिहड़ा भगवंत मान ने भी जितने तो बाद इत्थे आए नहीं? हाँ ये सारे कह रहे हैं जी भी आए नहीं गए, दो बार जित गए भी मूँह नहीं दिखाया उन्होंने, दो तो बार आ चुके कह रहे। असी असी आप होर भी है होर भी गलबात करेंगे। बापू तुसी सोनू किवें लगदा गा? उधर ही बुला दे यार कोई गल नहीं, जिहड़ा जिन्ना कि सानू पता उन्ना कि पता तुसी हुण तक किहदे वोटां ने जिहड़ी आपां नूं पता ही हुंदा पिंडां दे विच वी ज़्यादातर लोकां दे विच किहड़े लोक एम एल ए दा किसे दा जां किसे एम पी दा प्रभाव इहदे ही ज़्यादा जोर है जी। किहदा जी? इहदा झाड़ू वाले दे ज़्यादा जोर। असी होर भी गलबात करांगे। बाई जी एक मिनट, बाई जी नाल गल करांगे। साडा पिंड बेनड़ा जी, साडा पिंड गोद लैता ती इहनें, लैता ती ना सब नूं पता इह। साडे पिंड दे पिछे मुड़ के बड़े ही नहीं, मेरिया पांच वोटां मैं पाउंदा नहीं। ठीक है जी, मतलब कि कहण तो भाव किस नूं पाऊंगा वोटां? ਸੋਡਾ ਕਹਿਣ ਤੋਂ ਭਾਵ ਹੈਗਾ ਵੀ ਜਿਹੜਾ ਲੋਕਾਂ ਦਾ ਕਿਤੇ ਨਾ ਕਿਤੇ ਭਗਵੰਤ ਮਾਨ ਦੇ ਖਿਲਾਫ ਨਾ ਆਉਣ ਦਾ ਗੁੱਸਾ ਵੀ ਹੈ ਜੀ। ਗੁੱਸੇ ਸਾਰੇ ਐਵੇਂ ਗੁੱਸਾ ਜੀ, ਸਾਡੇ ਕਾਇਮ ਮੌਤਾਂ ਹੋ ਗਈਆਂ, ਸਾਡੇ ਫੇਰ ਨਹੀਂ ਆ ਕੇ ਖੜਿਆ ਜਮੀ ਇੱਕ ਪਿੰਡ ਦੇ ਵਿੱਚ ਜਮੀ ਨਹੀਂ ਜੀ। ਅਸੀਂ ਹੋਰ ਵੀ ਬਾਈ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਕੋਈ ਡਰਨ ਦੀ ਲੋੜ ਨਹੀਂ ਹੈਗੀ, ਜਿਹੜਾ ਤੁਹਾਨੂੰ ਕੋਈ ਗੱਲਬਾਤ ਹੈਗੀ ਤੁਹਾਡੇ ਦਿਲ ਦੀ ਕੋਈ ਹੈਗੀ ਆ ਤੁਸੀਂ ਦੱਸ ਸਕਦੇ ਹੋ। ਕੀ ਨਾਮ ਹੈ ਜੀ ਆਪਣਾ? ਲਾਭ ਸਿੰਘ ਜੀ। ਕਿਹੜਾ ਪਿੰਡ ਆਪਣਾ? ਆਹੀ ਧੂਰੀ ਹੈ ਜੀ। ਆਹੀ ਧੂਰੀ ਪਿੰਡ ਹੈਗਾ ਜੀ। ਤੇ ਇੱਥੋਂ ਦਾ ਜਿਹੜਾ ਇੱਕ ਮੌਜੂਦਾ ਐਮ ਐਲ ਏ ਆ ਦਲਵੀਰ ਗੋਲਡੀ ਹੈਗਾ ਤੇ ਇੱਕ ਪਾਸੇ ਭਗਵੰਤ ਮਾਨ, ਹੁਣ ਇੱਥੇ ਕਹਿ ਰਹੇ ਨੇ ਕਿ ਵੀ ਜਿਹੜੀ ਭਗਵੰਤ ਮਾਨ ਦਾ ਤੇ ਦਲਵੀਰ ਗੋਲਡੀ ਦਾ ਅੱਗ ਤੇ ਤੁਰਨ ਵਾਲਾ ਕੰਮ ਹੋਇਆ ਪਿਆ ਵੀ ਦੂਸਰਾ ਨੰਬਰ ਕੀ ਹੈ ਵੀ ਫਸਵਾਂ ਮੈਚ ਆ, ਤੁਹਾਨੂੰ ਕਿਵੇਂ ਲੱਗਦਾ? ਇਹ ਗੱਲਾਂ ਬਾਤਾਂ ਤਾਂ ਹੋ ਹੀ ਜਾਂਦੀਆਂ ਨੇ ਜੀ, ਜਿਹੜੀ ਭਗਵੰਤ ਮਾਨ ਦੀ ਜਿਹੜੀ ਸੀਟ ਆ ਇਹ ਪੱਕੀ ਹੈ, ਕਿਤੇ ਨਹੀਂ ਹਿਲਦੀ, ਭਗਵੰਤ ਮਾਨ ਜਿੱਤੂਗਾ ਜੀ ਉੱਥੋਂ ਦਿੱਲੀ ਤੋਂ। ਅਸੀਂ ਹੋਰ ਵੀ ਬਾਈ ਨਾਲ ਗੱਲਬਾਤ ਕਰਾਂਗੇ। ਬਾਈ ਜੀ ਕਿਹੜਾ ਪਿੰਡ ਆਪਣਾ? ਇਹੀ ਹੈ ਲੋਕਲ ਧੂਰੀ। ਲੋਕਲ ਧੂਰੀ ਹੈ ਤੁਹਾਡੇ? ਧੂਰੀ ਦੇ ਵਿੱਚ ਐਮ ਐਲ ਏ ਨੇ ਕਿੰਨੇ ਕੁ ਕੰਮ ਕਰਾਏ ਨੇ ਜੀ? ਐਮ ਐਲ ਏ ਨੇ ਵੀ ਕੰਮ ਕਰਾਏ ਨੇ, ਬਹੁਤ ਕੰਮ ਕਰਾਏ ਨੇ ਅਤੇ ਉਦੋਂ ਪਹਿਲਾਂ ਕਿਹੜੇ ਕੰਮ ਕਰਾਏ ਹੋਏ ਨੇ, ਇਹ ਅਕਾਲੀ ਦਲ ਪਾਰਟੀ ਦੇ ਕੰਮ ਆਏ ਹੋਏ ਸੀ, ਉਹੀ ਕੰਮ ਕਰਾਏ ਨੇ ਇਹਨਾਂ ਨੇ, ਉਦੋਂ ਬਾਅਦ ਇਹਨਾਂ ਨੇ ਕਰਾਇਆ। ਤੁਸੀਂ ਕਹਿੰਦੇ ਵੀ ਦਲਵੀਰ ਗੋਲਡੀ ਨੇ ਕੋਈ ਕੰਮ ਨਹੀਂ ਕਰਾਇਆ? ਕੋਈ ਕੰਮ ਨਹੀਂ ਕਰਾਇਆ, ਕਰਾਇਆ ਅਕਾਲੀ ਦਲ ਪਾਰਟੀ ਦੀ ਲਿਖਤ ਦੇ ਵਿੱਚ ਸੁਪਾਸ ਹੋਏ ਹੋਏ ਨੇ, ਇਹ ਇਹਨਾਂ ਨੇ ਕਰਾਏ ਨੇ, ਉਹ ਆਪਦਾ ਨੋ ਲੈ ਲਈ ਜਾਂਦੇ ਕਾਲਜ, ਕਹਿੰਦੇ ਨੇ ਕਾਲਜ ਕਾਲਜ ਪਾਸ ਕਿਹਦੇ ਕਰਾਇਆ ਸੀ? ਇਹ ਬਾਦਲ ਸਾਹਿਬ ਨੇ ਕਰਾਇਆ ਸੀ। ਮੈਂ ਤੁਹਾਨੂੰ ਕਿਵੇਂ ਲੱਗਦਾ ਵੀ ਦਲਵੀਰ ਗੋਲਡੀ ਦੇ ਵੀ ਕਿਤੇ ਨਾ ਕਿਤੇ ਚੁਣੌਤੀਆਂ ਨੇਗੀਆਂ? ਦਲਵੀਰ ਗੋਲਡੀ ਹੈਗੇ ਨੇ, ਹੈਗੇ ਨੇ ਜੀ, ਹਾਂ ਪੂਰੀਆਂ ਚੁਣੌਤੀਆਂ ਨੇ, ਕਿਉਂ ਇਹਨਾਂ ਨੇ ਜਦ ਆਪਦੇ ਦੇਖ ਲਏ ਕੈਂਟਲ ਟੋ ਲੋਕ ਦੀ ਤਾਣੇ ਕਰੀਆਂ ਆਪਦੀਆਂ ਪਾਸ ਕਰਕੇ ਲਾਈ ਜਾਂਦੇ ਨੇ, ਹੈਂ ਗਰੀਬਾਂ ਕੋਈ ਦੇਖਦੇ ਨੇ, ਇੱਥੇ ਹੁਣ 700 ਮਜ਼ਦੂਰ ਆ ਲੋਕਡਾਊਨ ਵਕਤ ਕੋਈ ਆ ਕੇ ਖੜ੍ਹੇ ਆ ਇੱਥੇ ਹੈ। ਅੱਛਾ ਇੱਥੇ ਇੱਥੇ ਇਹ ਮੈਨੂੰ ਪਤਾ ਲੱਗਿਆ ਵੀ ਇੱਥੇ ਲੇਬਰ ਦਾ ਵੀ, ਇੱਥੇ ਲੇਬਰ ਦਾ ਹੀ ਹੈ ਜੀ, ਇਹ ਇੱਥੇ 1000 ਮਜ਼ਦੂਰ ਆਉਂਦਾ, ਅਲੱਗ ਅਲੱਗ ਪਿੰਡਾਂ ਦੇ ਮਜ਼ਦੂਰ ਆਉਂਦੇ ਨੇ, ਹੈਂ ਕਿਸੇ ਨੇ ਆ ਕੇ ਲੋਕਡਾਊਨ ਦੇ ਵਿੱਚ ਆਹ ਸੈੱਡ ਪਾ ਕੇ ਦਿੱਤਾ, ਗੋਲਤੀ ਨੇ ਆਪਦਾ ਨੋ ਕਰਤਾ ਕਿ ਮੈਂ ਸੈੱਡ ਪਾਤਾ ਕਿ ਇੱਥੇ 1000 ਬੰਦਾ ਸੈੱਡ ਦੇ ਵਿੱਚ ਖੜਜੂ। ਅਤੇ ਬਾਕੀ ਸਾਡੇ ਨਾਲ ਹੋਰ ਵੀ ਬਾਈ ਜੀ, ਕੀ ਨਾਮ ਹੈ ਵੀਰ ਜੀ ਆਪਣਾ? ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਜਸਪਾਲ ਸਿੰਘ, ਜਸਪਾਲ ਸਿੰਘ ਜੀ, ਅਸੀਂ ਸਾਡਾ ਮੇਨ ਮੁੱਦਾ ਜਿਹੜਾ ਚੱਲ ਰਿਹਾ ਹੈਗਾ ਵੀ ਜਿਹੜਾ ਮੌਜੂਦਾ ਐਮ ਐਲ ਏ ਇੱਥੋਂ ਦਾ ਦਲਵੀਰ ਗੋਲਡੀ ਅਤੇ ਉਹਨਾਂ ਦੇ ਖਿਲਾਫ ਹੁਣ ਪਾਰਟੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਉਤਾਰਿਆ ਗਿਆ ਵੀ ਤੁਹਾਨੂੰ ਕਿਵੇਂ ਦਾ ਲੱਗਦਾ ਵੀ? ਮੇਰੇ ਵਾਸਤੇ ਜਿਹੜਾ ਦਲਵੀਰ ਗੋਲਡੀ ਹੈ ਉਹ ਕੋਈ ਐਮ ਐਲ ਏ ਨਹੀਂ ਹੈਗਾ। ਅੱਛਾ ਜੀ। ਉਹ ਕਹਿੰਦਾ 11 ਨੂੰ ਜਿੱਤਾਂਗੇ, 12 ਨੂੰ ਥੋੜ੍ਹਾ ਸ਼ੈੱਡ ਪੈ ਜੂਗਾ, ਕੋਈ ਸਾਡਾ ਸ਼ੈੱਡ ਨਹੀਂ ਬਣਿਆ, ਸ਼ੈੱਡ ਆਪਦੇ ਦਮ 'ਤੇ ਬਣਾਇਆ, ਕਾਗਜ਼ੀ ਕਾਰਵਾਈ ਦੇ ਹਿਸਾਬ ਨਾਲ ਬਣਾਇਆ,
उस तो बाद आके थड़े ती नहीं चढ़िया थोनू मतलब जितने तो बाद दलवीर गोल्डी भी नहीं आया नहीं है जी बिल्कुल भी नहीं आया असी तो मेरा तो एक हिसाब है जी दलवीर गोल्डी के हिसाब न असी तो बदलाव चाहते हैं हूँ ठीक है कहना पार्टी साड़ी ये नहीं हैगी जी मर्जी आवे बदलाव चाहते असी मतलब तो मतलब ये भी जेड़ा, जेड़ा मर्जी हो पर दलवीर गोल्डी ना हो जेड़ा पता की है 72 पिंड की लेबर आउंदी और थड़े दे उत्ते 72 पिंड एक मजदूर की भी सुनवाई नहीं हुई हैगी कदे आके ए नहीं पुछया भी थोड़ी दिहाड़ी लगी है या ना लगी है ठीक है कहना जी कोई राशन नहीं मिले किसी की पुछ नहीं हुई कुछ मौके का MLA थी कदे आके दुख सुख नहीं इन्हों का पुछया ठीक है कहना कोई ए नहीं पुछया वो छोटा जहा शैड बनाता ना तो इन्हों साइकिल खड़न जगह कित वो आपके दम से बनाया 15 फुट चौड़ा 30 फुट लंबा जबकि 60-70 का साडा शैड तीगा वो भी बिचे रह गया कहना 11 नू जितूंगा 12 नू थोड़ा शैड बन जू मुड़के उन्हें साडे लोग गेड़े ही नहीं मारे ए, 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 मैं एक साडे दर्शकों नू दसदा वी जिहड़ी इह जगह हैगी इह लेबर चौंक ही है इत्थे इत्थे 74 पिंडां दे जिहड़े मजदूर ने उह इस जगह दे उत्ते आउंदे ने इन्हां दा कितना कितने दलवीर गोल्डी नाल इस तरीके दा वी रोस है वी उन्होंने लॉकडाउन दे विच इन्हां दी कोई गलबात नहीं सुनी ते ना ही इन्हां तक किसे तरह की कोई मदद कीती है तो दूसरा इन्हां दा इह वी रोस हैगा गा वी जिहड़ी इत्थों दे जिहड़ी लेबर चौंक दे विच जिहड़े मजदूर ने उन्हां दे खड़ाउण वास्ते इक शैड पाया गया जिहदे विच आप तो उन्होंने बैठण की जगह होनी की सीगी ते उत्थे साइकिल भी नहीं खड़े होंदे उन्हां दे ते असीं इह गलबात नूं जारी रखांगे बापू जी की नाम है तुहाडा मेरा नाम गोगी सिंह है किहड़ा पिंड है जी अपना राजो माजरा राजो माजरा हाँ जी ते तुसी किवें देख रहे होंगे जिहड़ी अज दीआं इलैक्शनां ने भी भगवंत मान दे आउण नाल धूरी सीट का किन्ना कु बदलाव होया सानूं तां ऐ चाहीदा जी जिहड़े चोर बजारिया खत्म हो जाए सरकार तीजी आउण दा संभावना हो जाए नहीं तो मेरा सवाल है भी दलवीर गोल्डी के मुकाबले भगवंत मान नूं लोक किन्ना कु उह तां हुण जिहड़ा चाहे वह कहते ने भी आउंदा नहीं जित के आया नहीं है जित तो साढ़े कम होने चाहिए आवे चाहे ना आवे बिल्कुल 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 असी इस तरह जारी रखांगे तो साढ़े नाल होर भी साढ़े आगू मौजूद ने गे की नाम है जी अपना बलबीर सिंह बलबीर सिंह जी तुसी बिल्ला भी लाया है भारतीय किसान यूनियन एकता उगराह ते तुसी वैसे कम की होर करदे हो ਜ਼ਿਮੀਦਾਰਾ ਕਰਦੇ ਹਾਂ ਜ਼ਿਮੀਦਾਰਾ ਕਰਦੇ ਹੋ ਤੁਸੀਂ ਵੀ ਇੱਥੇ ਮੰਡੀ ਦੇ ਵਿੱਚ ਵੈਸੇ ਹੀ ਕੰਮ ਧੰਦੇ ਲਈ ਆਏ ਨਹੀਂ ਨਹੀਂ ਮੈਂ ਤਾਂ ਉਹ ਟਾਈਮ ਪਾਸ ਕਰਨਾ ਟਾਈਮ ਪਾਸ ਕਰਨਾ ਜਨੂੰ ਅਤੇ ਤੁਹਾਨੂੰ ਤੁਸੀਂ ਤਾਂ ਫਿਰ ਇੱਥੇ ਸਮ ਕਦੀ ਹਰ ਤਰ੍ਹਾਂ ਦੀ ਗੱਲਬਾਤ ਸੁਣਦੇ ਰਹਿੰਦੇ ਹੋ ਰੋਜ਼ ਦਾ ਜਿਹੜਾ ਲੋਕਾਂ ਦੇ ਵਿੱਚ ਗੱਲਬਾਤ ਆਉਂਦੀ ਆ ਤੁਸੀਂ ਸੁਣਦੇ ਰਹਿੰਦੇ ਹੋ ਵੀ ਕਿਸ ਤਰ੍ਹਾਂ ਦਾ ਲੱਗ ਰਿਹਾ ਭਗਵੰਤ ਮਾਨ ਜਿੱਤੂਗਾ ਜ਼ਰੂਰ ਪਰ ਮੂੰਹ ਨਹੀਂ ਦਿਖਾਇਆ ਮੇਰੀ ਵੀ ਗੱਲ ਨਹੀਂ ਸੁਣੀ ਧੂਰੀ ਪਿੰਡ ਪੇਂਡਾ ਦਰਵਾਜ਼ੇ ਦੋ ਚੀਜ਼ਾਂ ਮੰਗੀਆਂ ਤੀਆਂ ਉਹਦੇ ਦੇਣ ਦੀਆਂ ਤੀਆਂ ਮਖਾ ਮੈਨੂੰ ਇੱਕ ਕਨੈਕਸ਼ਨ ਲੱਗਦਾ ਦਾਣੇ ਕਰਕੇ ਖਾ ਲਾਂਗੇ ਜ਼ਮੀਨ ਵੱਧ ਹੈ ਮੋਟਰ ਘੱਟ ਹੈ ਉਂ ਉਂ ਜੀ ਕਰ ਗਿਆ ਮਖਾ ਤੂੰ ਨਹੀਂ ਫਿਰ ਮੈਨੂੰ ਲਾਇਸੈਂਸ ਕਰਾ ਦੇ ਰਫਲ ਦਾ ਕਹਿੰਦਾ ਬਾਬਾ ਕਿਸੇ ਨੂੰ ਮਾਰ ਦੇਗਾ ਮਖਾ ਅੰਦਰ ਮੈਂ ਬੈਠੂੰ ਤੈਂ ਤਾਂ ਨਹੀਂ ਬੈਠਣਾ ਸਾਨੂੰ ਜ਼ਰੂਰੀ ਤੇ ਉਹਦਾ ਮਿਲਣਾ ਕਿੰਨੀ ਵੋਟ 'ਤੇ ਜਿੱਤਿਆ ਜ਼ੋਰ ਲੱਗਿਆ ਹੋਇਆ ਹੁਣ ਵੀ ਮੇਰੇ ਮੁੰਡਿਆਂ ਦਾ ਭਤੀਜਿਆਂ ਦਾ ਬਹੁਤ ਸਾਰੇ ਸਾਡੇ ਸਰੀਕੇ ਦਾ ਵੋਟ ਜ਼ਰੂਰ ਪਾਵਾਂਗੇ ਪਰ ਆਹੀ ਘਾਟ ਮਾਰਦੀ ਹੈ ਮਿਲਣਾ ਤਾਂ ਜ਼ਰੂਰੀ ਹੈ ਨਾ ਫਿਰ ਕੀ ਹੋਇਆ ਸਾਰੀ ਗੱਲਬਾਤ ਪਹਿਲਾਂ ਵੀ ਜੱਸੀ ਵੇਲੇ ਵੀ ਇਹਦੇ ਪੈਰੋਂ ਵਿਗੜੀ ਜੱਸੀ ਆ ਗਿਆ ਤੀ ਮੁੰਡਾ ਇਹਦੇ ਪੈਰੋਂ ਵਿਗੜਦੀ ਹੈ ਸਾਰੀ ਗੱਲ ਅਸੀਂ ਪੂਰਾ ਚਾਹੁੰਦੇ ਹਾਂ ਵੀ ਦੇਖੋ ਜੇ ਇਹ ਗੇੜੇ ਮਾਰਦਾ ਰਹਿੰਦਾ ਜੱਸੀ ਕਦੇ ਨਹੀਂ ਤੀ ਹਾਰਦਾ ਸਾਡੀ ਗੱਲਬਾਤ ਇਸੇ ਤਰ੍ਹਾਂ ਜਾਰੀ ਹੈ ਜੀ ਅਸੀਂ ਹੋਰ ਵੀ ਸਾਡੇ ਇੱਥੇ ਮੌਜੂਦ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰੀ ਇਹਨਾਂ ਦਾ ਸ਼ਾਟ ਦਿਖਾ ਦਿਓ ਇੱਥੋਂ ਦਾ ਅਤੇ ਅਸੀਂ ਧੂਰੀ ਪਿੰਡ ਜਿਹੜੀ ਸਬਜ਼ੀ ਮੰਡੀ ਉਹਦੇ ਵਿੱਚ ਬੈਠੇ ਹਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਇਹ ਸਾਡਾ ਅੱਜ ਦਾ ਜਿਹੜਾ ਮੇਨ ਹੈਗਾ ਉਹ ਟੌਪਿਕ ਇਹ ਹੈਗਾ ਵੀ ਧੂਰੀ ਤੋਂ ਵਿਧਾਨ ਸਭਾ ਜਿਹੜੀ ਸੀਟ ਹੈ ਆਮ ਲੋਕਾਂ ਦਾ ਇੱਥੇ ਇੱਕ ਮਤਲਬ ਨਿਗਾਹ ਹੈਗੀ ਵੀ ਜਿਹੜਾ ਭਗਵੰਤ ਮਾਨ ਦਾ ਇੱਕ CM ਦਾ ਚਿਹਰਾ ਵੀ ਲਾਣਾ ਗਿਆ ਅਤੇ ਦੂਸਰਾ ਪਾਰਟੀ ਦੇ ਪ੍ਰਧਾਨ ਨੇ ਤੀਸਰਾ ਧੂਰੀ ਹਲਕੇ ਤੋਂ MLA ਦੇ ਲਈ ਚੋਣ ਲੜ ਰਹੇ ਨੇ ਅਤੇ ਲੋਕਾਂ ਦੇ ਵਿੱਚ ਇੱਕ ਗੱਲ ਜਾ ਰਹੀ ਹੈ ਵੀ ਉਹ ਪਿੰਡਾਂ ਦੇ ਵਿੱਚ ਆਏ ਨਹੀਂ ਅਤੇ ਉਹਦਾ ਕੀ ਕਿੰਨਾ ਕੁ ਫੈਕਟ ਪਊਗਾ ਫੈਕਟ ਤਾਂ ਇੰਨਾ ਪੈ ਰਿਹਾ ਜੀ ਮੈਂ ਤੁਹਾਨੂੰ ਦੱਸਦਾ ਦੇਖੋ ਕਾਂਗਰਸ ਨੂੰ ਵੀ ਅਕਾਲੀਆਂ ਨੂੰ ਇੰਨੀਆਂ ਇੰਨੀਆਂ ਵੋਟਾਂ ਪਾ ਕੇ ਅਸੀਂ ਜਿਤਿਆਉਂਦੇ ਰਿਹਾ ਕਰਦੇ ਰਿਹਾ ਇਸ ਤਰ੍ਹਾਂ ਇੱਕ ਵਾਰੀ ਮੌਕਾ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਹਨੂੰ ਦੇਣਾ ਚਾਹੀਦਾ ਭਗਵੰਤ ਮਾਨ ਨੂੰ ਮੌਕਾ ਦੇਣਾ ਚਾਹੀਦਾ ਤੁਹਾਨੂੰ ਲੱਗਦਾ ਵੀ ਇਹਦਾ ਕੋਈ ਲੋਕਾਂ 'ਤੇ ਅਸਰ ਨਹੀਂ ਹੈ ਵੀ ਉਹ ਆਇਆ ਜਾਂ ਨਹੀਂ ਆਇਆ ਦੇਖੋ ਜੀ ਉਹ ਤਾਂ ਜੇ ਤਾਂ MLA ਹੁੰਦਾ ਫਿਰ ਤਾਂ ਆਉਂਦਾ ਉਹ ਤਾਂ ਠੀਕ ਆ ਆਉਂਦਾ ਉਹ ਟਾਈਮ ਦੇ ਵਿੱਚ ਉੱਤੇ ਦੀ ਉਹ ਤੀ ਉਹ ਤਾਂ ਸੰਗਰੂਰ ਹੁੰਦਾ ਉਹ ਸੰਗਰੂਰ ਤੋਂ ਤਾਂ MP ਦੇ ਵਿੱਚੋਂ ਆਉਂਦਾ ਅੱਗੇ ਕੀ ਉਹ ਖਾੜੇ ਲਾਉਂਦਾ ਰਿਹਾ ਇੱਥੇ ਅੱਗੇ ਕੀ ਲੋਕਾਂ ਨੇ ਦੇਖਿਆ ਨਹੀਂ ਉਹ ਵੀ ਹੁਣ ਉਹਨੂੰ ਜ਼ਿਆਦਾ ਦੇਖਣਗੇ ਖਾੜੇ ਲਾ ਕੇ ਗਿਆ ਕਹਿ ਖਾੜੇ ਲਾ ਕੇ ਗਿਆ ਇੱਥੇ ਧੂਰੀ ਦੇ ਵਿੱਚ ਮੈਂ ਕਹਿੰਦਾ ਉਹਦੀ ਕੁਲਫੀ ਗਰਮ ਇੱਥੇ ਧੂਰੀ ਚੀਜ਼ ਚੱਲੀ ਤੀ ਹੋਰ ਦੱਸੋ ਦੱਸੀ
जनी हूँ भी जनी उन्होंने तुम जिता के पूरा खुश हो गए तो साढ़े ना इन्हों का बापू का कहना भी एक एम पी का कम है जोड़ा वो आपका एम पी का कम कर रहे हैं उन्होंने आना जा ना आना कोई मायने नहीं रखता तो साढ़े ना होर भी मौजूद ने गए की नाम है जी थोड़ा आदर सिंह जी तो थोनू किमें लगता है जी अज जोड़ा इतों का माहौल है माहौल तो हूँ तुम देख रहे हो जी माहौल तो हूँ तुम देख रहे हो सारे बेरोजगार खड़े ने किसी ने कोई पुछता नहीं जो लॉकडाउन लगे थी किसी ने कुछ नहीं पुछा जी लोग कह रहे हैं कि भी दलवीर गोल्डी ने जोड़ा है दावा कर रहा भी मैं 74 पिंड 200 करोड़ तो उपर पैसा ला चुका की सूँ लगता थोड़े पिंड लगे कि पिंड धूरा जी साढ़े पिंड माझमिया के रमदासियाँ की एक गली भी नहीं बनी हैगी ए टू जैड सारा कर लो जट्टा की सारिया गलियां बन गई जी थोड़ा लगता भी साढ़े बितकरा हो बितकरा हो ही गया जी साडा तो कोई कम भी नहीं किया उन्हें पानी हरे खड़ा उत्ती गलियाँ च आपदे आए जट्टा के बेड़े सारे पैप पवाते ठीक है पक्कियां गलियां करवातियां साडा जमी उकनी है जी इन्हों का कितना कितने जाके जिहड़े इत्थों दे धूरी दे मौजूदा एम एल ए ने दलवीर सिंह गोल्डी दे ते भी किला शिकवा भी उन्होंने जिहड़े कम ने गे वो बितकरेबाजी नाल करवाए ने ते उन्हां नूं लगता है भी जिहड़ा इत्थों दा कम है भी दो कास्टां दे विच वंडिया गया गा ते इस तरह असीं बने रहांगे ते फिर तुहानूं धूरी दे हल्के दी रिपोर्ट देंदे रहांगे मैं मेरे नाल धर्मवीर सिंह ते बलविंदर सिंह दी धूरी तों खास रिपोर्ट।